ਇੱਕ ਗ੍ਰੰਥੀ ਸਿੰਘ ਦੀ ਗੱਲ, ਇੱਕ ਸਾਬਕਾ ਪੁਲਿਸ ਵਾਲਾ ਜਿਹੜਾ ਵਾ ਮੁਲਾਜ਼ਮ, ਉਸ ਦੀ ਗੱਲ ਇਸ ਕਰਕੇ ਪੈ ਗਿਆ ਕਿ ਉਸਦੇ ਭਤੀਜੇ ਦਾ ਗਲੀ ਦੇ ਵਿੱਚ ਮੋਟਰਸਾਈਕਲ ਲੱਗਾ ਹੋਇਆ ਸੀ। ਜਦੋਂ ਮੋਟਰਸਾਈਕਲ ਪਰੇ ਕਰਨ 'ਤੇ ਗਾਲੀ ਗਲੋਚ ਹੋਣੀ ਸ਼ੁਰੂ ਹੋ ਗਈ, ਜਦੋਂ ਗ੍ਰੰਥੀ ਸਿੰਘ ਨੇ ਉਹਨੂੰ ਡੱਕਿਆ ਤਾਂ ਉਹ ਗ੍ਰੰਥੀ ਸਿੰਘ ਦੇ ਵੱਲ ਵੀ ਆ ਗਿਆ, ਔਰ ਜਿਹੜਾ ਉਹ ਸਾਬਕਾ ਪੁਲਿਸ ਅਧਿਕਾਰੀ ਆ ਉਸਨੇ ਉਸ ਗ੍ਰੰਥੀ ਸਾਹਿਬ ਦੀ ਬੇਅਦਬੀ ਕਰਦਿਆਂ ਉਹਦੀ ਦਸਤਾਰ ਉਤਾਰੀ ਆ, ਜਿਹਦੇ ਕਰਕੇ ਗ੍ਰੰਥੀ ਸਿੰਘ ਨੇ ਜਿਹੜੀ ਆ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਸੋਂ ਮੰਗ ਕੀਤੀ ਆ ਵੀ ਇੱਥੇ ਬੰਦੀ ਜਿਹੜੀ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਥਾਣਾ ਸਰਹਾਲੀ ਦੇ SHO ਨੂੰ ਵੀ ਉਹਨਾਂ ਦਰਖਾਸਤ ਦਿੱਤੀ ਆ, ਅਤੇ ਅਜੇ ਤੱਕ ਜਿਹੜੀ ਪੁਲਿਸ ਆ ਉਹ ਕੋਈ ਵੀ ਜਿਹੜੀ ਗੱਲਬਾਤ ਇਸ ਬਾਰੇ ਨਹੀਂ ਕਰਨੀ ਚਾਹ ਰਹੀ, ਔਰ ਪੁਲਿਸ ਕੋਲੋਂ ਉਹਨੇ ਇਨਸਾਫ਼ ਦੀ ਗੁਹਾਰ ਲਾਈ ਆ। ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਹੋਊਗਾ ਕਿ ਇਸ ਮਾਮਲੇ ਨੂੰ ਕਿਸ ਤਰ੍ਹਾਂ ਪੁਲਿਸ ਵੇਖਦੀ ਆ, ਕਿ ਜਿਹੜੀ ਦਸਤਾਰ ਦੀ ਜਿਹੜੀ ਬੇਅਦਬੀ ਹੋ ਰਹੀ ਆ ਉਹਦੇ ਵੱਲ ਕੋਈ ਧਿਆਨ ਦਿੱਤਾ ਜਾਂਦਾ ਕਿ ਜਾਂ ਪੁਲਿਸ ਇਸ ਗੱਲ ਨੂੰ ਵੀ ਟਾਲਮਟੋਲ ਕਰਦੀ ਆ। ਮਨਵਿੰਦਰ ਮਿਲਾਪ, ਮਿਰਾਪਰੋ ਟੀ ਵੀ, ਤਰਨ ਤਾਰਨ। ਤਨ ਹਾਂਜੀ, ਕਿੰਨੇ ਕੁ ਜਾਣੇ ਜਦੋਂ ਕੁੱਟਿਆ ਸੀ? ਅਰੇ ਵਾਵਾ ਜਾਣੇ ਕਿ ਕਾਫੀ ਜਾਣੇ ਸੀ। ਗੱਲਬਾਤ ਇਹ ਹੋਈ ਆ ਜੀ, ਇੱਥੇ ਨਾ ਸਾਡੀ ਕੰਧ ਦੇ ਨਾਲ ਹੀ ਨਾ ਪਰਲੇ ਬੰਨੇ ਦੋ ਤਿੰਨ ਮੁੰਡੇ ਖੜ੍ਹੇ ਸੀ ਗਵਾਂਢੀਆਂ ਦੇ, ਇੱਕ ਇਹਨਾਂ ਦੇ ਗਵਾਂਢੀਆਂ ਦਾ, ਇੱਕ ਸਾਹਮਣਿਆਂ ਦਾ ਅਤੇ ਇੱਕ ਮੇਰਾ ਭਤੀਜਾ ਹੀ ਲੱਗੇ ਇਹ ਖੜ੍ਹੇ, ਅਤੇ ਇੱਕ ਇੱਧਰੋਂ ਮੁੰਡਾ ਆਇਆ ਤਾਂ ਉਹਨੇ ਰੇਹੜੀ ਲਿਆ ਕੇ ਅਤੇ ਉੱਥੇ ਡਾਕਤੀ ਉਹ ਸਿਲੰਡਰ ਛੱਡਣ ਚਲੇ ਗਿਆ ਘਰੇ, ਜੋ ਸੱਚਾਈ ਹੋਈ ਆ ਉਹ ਸਿਲੰਡਰ ਛੱਡਣ ਚਲੇ ਗਿਆ ਅਤੇ ਮੇਰਾ ਭਤੀਜਾ ਉਹਦੇ ਲਾਗੇ ਸੀ ਉੱਥੇ, ਅਤੇ ਇੱਧਰੋਂ ਆਇਆ ਜਸਵੀਰ ਸਿੰਘ ਨਾਮ ਦਾ ਵਿਅਕਤੀ ਆ, ਪੁਲਿਸ ਮੁਲਾਜ਼ਮਾਂ ਅਤੇ ਰਿਟਾਇਰਮੈਂਟ ਹੋਇਆ ਵਾ, ਉਹ ਨਿਕਲਿਆ ਤਾਂ ਉਹਨੇ ਸ਼ਰਾਬ ਪੀਤੀ ਸੀ ਕਾਫੀ, ਅਤੇ ਉਹ ਇਹਨਾਂ ਨੂੰ ਆਉਂਦਾ ਆਉਂਦਾ ਆਗਲੇ ਭੈਣ ਤੋਂ ਨੇ ਦੱਪੀ ਆ ਰੇਹੜੀ, ਉਹ ਮੇਰਾ ਭਤੀਜਾ ਬੋਲ ਕਹਿੰਦਾ ਚਾਚਾ ਜੀ ਸਾਡੀ ਰੇਹੜੀ, ਉਹ ਮੁੜ ਕੇ ਇੰਨੀ ਗੱਲੋਂ ਹੀ ਉਹ ਆਉਂਦਾ ਚਾਚਾ ਜੀ ਸਾਡੀ ਨਹੀਂ ਰੇਹੜੀ, ਉਹਨੂੰ ਆਉਂਦਾ ਬੋਲਦਾ ਕਿਤਨਾ ਭੈਣ ਚੋਦਾ ਤੂੰ, ਇਸੇ ਗੱਲੋਂ ਇਹ ਤਾਂ ਠਾਂ ਹੋ ਗਏ ਲੜ ਪਏ ਆ, ਸਾਡੇ ਮੁੰਡੇ ਦੋ ਤਿੰਨ ਹੀ ਇਹਨਾਂ ਫੜ ਲਿਆ ਉਹਨੂੰ ਫੜਿਆ ਵਾ ਫੜਿਆ ਵਾ ਅਤੇ ਲੜ ਪਏ ਕਾਫੀ, ਅਤੇ ਮੈਂ ਇਕੱਲਾ ਛਡਾਉਣ ਵਾਲਾ, ਇੱਕ ਮੁੜ ਕੇ ਗਵਾਂਢੀਆਂ ਦਾ ਮੁੰਡਾ ਵੀ ਆ ਛਡਾਉਣ ਵਾਲਾ, ਅਤੇ ਮੁੜ ਕੇ ਮੈਂ ਜਦੋਂ ਪਰੇ ਖੜਿਆ ਤਾਂ ਇਹਨੇ ਮੈਨੂੰ, ਮੈਂ ਇਹਨੂੰ ਆਖਿਆ ਮੈਂ ਵੀਰ ਜੀ ਘਰ ਨੂੰ ਜਾਓ ਤੁਸੀਂ ਸ਼ਰਾਬ ਪੀਤੀ ਆ, ਫੜ ਕੇ ਖੜਿਆ ਇਹਨੂੰ, ਫੜ ਕੇ ਖੜਨਾ ਇਹਦਾ ਘਰ ਦੂਰ ਆ, ਇਹਨੂੰ ਮੈਂ ਫੜ ਕੇ ਖੜਿਆ ਅਤੇ ਚਲੇ ਗਿਆ ਪਰੇ, ਮੁੜ ਕੇ ਉੱਥੇ ਜਾ ਕੇ ਇਹਨੇ ਮੈਨੂੰ ਕੁੜੀਆਂ ਦੀਆਂ ਗਾਲਾਂ ਕੱਢੀਆਂ, ਚਪੇੜਾਂ ਮਾਰ ਕੇ ਆਉਂਦਾ ਤੂੰ ਵੀ ਉਹਨਾਂ ਦਾ ਭਰਾ ਹੀ ਆ ਚੱਲ ਜਾ ਇੱਥੋਂ, ਮੇਰੀ ਬੇਇੱਜ਼ਤੀ ਕੀਤੀ, ਇਹਨੇ ਗ੍ਰਿਫਤਾਰ ਮੇਰੀ ਲਾਤੀ ਆ ਉੱਥੇ ਗਲੀ ਦੇ ਵਿੱਚ, ਸਾਰੇ ਕੁੜੀਆਂ ਦੀਆਂ ਗਾਲਾਂ ਮੈਨੂੰ ਕੱਢੀਆਂ, ਫਿਰ ਮੈਂ ਗੁਰਦੁਆਰਾ ਸਾਹਿਬ ਇੱਥੇ ਡਿਊਟੀ ਕਰਦਾ ਵਾਂ, ਫਿਰ ਇਹ 10-10 ਰੁਪਈਏ ਤੂੰ ਮੰਗਦਾ ਸਾਡੇ ਘਰਾਂ 'ਚੋਂ, ਹੋਰ ਮੈਂ ਕਿੱਥੋਂ ਮੰਗਾਂ ਵਜ਼ੀਰ ਆ ਗੁਰੂ ਦਾ, ਮੈਂ ਇਹਨਾਂ ਤੋਂ ਖਾਣਾ ਵਾਂ ਸੰਗਤ ਤੋਂ ਹੀ, ਜਿਹੜਾ ਗ੍ਰੰਥੀ ਦਾ ਫਰਜ਼ ਆ ਮੈਂ ਤਾਂ ਉਹ ਕਰਨਾ ਆਪਦਾ ਦੇਗ ਬਣਾਉਣ ਵਾਸਤੇ, ਮੈਂ ਇਹਨਾਂ ਦੇ ਹਾਂਜੀ ਦਰਖਾਸਤ ਦਿੱਤੀ ਆ, ਦਰਖਾਸਤ ਦਿੱਤੀ, ਫਿਰ ਮੁੜ ਕੇ ਇਹਨੇ ਉਲਟਾ, ਮੈਂ ਆਣ ਕੇ ਘਰੇ, ਮੇਰਾ ਨਾ 150 ਅੰਗ ਰਹਿੰਦਾ ਸੀ ਪਾਠ ਦਾ ਕਰਨ ਵਾਲਾ, ਸਹਿਜ ਪਾਠ ਇੱਥੇ ਰੱਖਿਆ ਘਰੇ, ਅਤੇ ਇਹਨੇ ਮੁੜ ਕੇ ਉਲਟਾ ਦਰਖਾਸਤ ਦੇ ਦਿੱਤੀ ਮੇਰੇ 'ਤੇ, ਅਤੇ ਨਾਂ ਵੀ ਮੇਰਾ ਹੀ ਲਿਖਾ ਤਾ ਵਾ ਵੀ ਬਾਬਾ ਜੀ ਨੂੰ ਫੜ ਕੇ ਲਿਆਉਣਾ ਪਹਿਲੋਂ ਗ੍ਰੰਥੀ ਨੂੰ, ਅਤੇ ਮੈਂ ਇੱਥੇ ਸਹਿਜ ਪਾਠ ਕਰਨ ਡਿਆ, ਇੱਥੇ ਪੁਲਿਸ ਆ ਗਈ ਆ ਜੁੱਤੀਆਂ ਸਣੇ ਹੀ, ਅਤੇ ਉਹਨਾਂ ਪੁਲਿਸ ਵਾਲਿਆਂ ਨੇ ਮੈਨੂੰ ਵੇਖ ਕੇ ਅਤੇ ਮੈਂ ਉੱਠ ਖਲੋਤਾ, ਮੈਂ ਗਾਹ ਨਾ ਆ ਜਾਣ ਕਿਤੇ, ਉਹ ਮੈਂ ਉੱਠ ਕੇ ਇੱਥੇ ਆਇਆ ਤਾਂ ਮੈਨੂੰ ਇੱਥੋਂ ਇੱਕ ਨੇ ਉੱਧਰੋਂ ਬਾਹੂ ਫੜ ਲਿਆ, ਇੱਕ ਨੇ ਉੱਧਰੋਂ ਫੜ ਲਿਆ ਜਿਸ ਤਰ੍ਹਾਂ ਮੈਂ ਕਤਲ ਕੀਤਾ ਹੁੰਦਾ, ਅਤੇ ਲੈ ਗਏ ਮੈਨੂੰ ਫੜ ਕੇ, ਆਹ ਬੱਚੇ ਸਾਡੇ ਨੇ, ਇੱਕ ਨੇ ਵੀਡੀਓ ਬਣਾਈ ਹੈ ਜਾਂਦਿਆਂ ਦੀ, ਦੋ ਵੀਡੀਓ ਆ ਮੇਰੇ ਤੋਂ, ਇੱਕ ਮੈਨੂੰ ਕਰ ਮੰਗ, ਮੈਨੂੰ ਇਨਸਾਫ਼ ਚਾਹੀਦਾ, ਨਹੀਂ ਤਾਂ ਸਣੇ ਪਰਿਵਾਰ ਮੈਂ ਖਤਮ ਕਰੂੰਗਾ, ਅਤੇ ਜ਼ਿੰਮੇਵਾਰ ਇਹ ਹੋਊਗਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ।
ਵੇਖੋ ਮੇਰੀ ਸੰਗਤਾਂ ਨੂੰ ਸਾਡੀ ਇਹੀ ਬੇਨਤੀ ਆ ਕਿ ਵੇਖੋ ਲੜਾਈ ਹੋਈ ਆ ਸਾਡੇ ਗਵਾਂਢੀਆਂ ਨਾਲ, ਮੁੰਡੇ ਸਾਡੇ ਆਪਣੇ ਸੀ, ਹੁਣ ਇਹਨਾਂ ਇਹ ਚਾਚਾ ਜੀ ਸੀ ਉਹਨਾਂ ਦੇ, ਅਤੇ ਇਹਨਾਂ ਨੇ ਉਹਨਾਂ ਦੀ ਹੈਲਪ ਨਹੀਂ ਕੀਤੀ, ਅਤੇ ਇਹ ਲੜਾਈ ਹੋਈ ਆ, ਇਹ ਆਉਂਦੇ ਆਣ ਕੇ ਉਹਨਾਂ ਨੇ ਪੈਗ ਲਾਇਆ ਸੀ ਅਤੇ ਆਉਂਦੇ ਆਣ ਕੇ ਗਾਲਾਂ ਕੱਢਣ ਲੱਗ ਪਏ। ਉਹ ਪੁਲਿਸ ਮੁਲਾਜ਼ਮ ਜਿਹੜੇ ਰਿਟਾਇਰਮੈਂਟ ਹੋਏ ਆ ਉਹਨਾਂ ਨੇ, ਜਸਵੀਰ ਸਿੰਘ ਆ ਉਹਨਾਂ ਦਾ ਨਾਮ, ਉਹਨਾਂ ਨੇ ਪੈਗ ਲਾਇਆ ਸੀ, ਇਹਨਾਂ ਨੇ ਕਿਹਾ ਚਾਚਾ ਜੀ ਰੇਹੜੀ ਮੇਰੀ ਨਹੀਂ ਆ, ਅਤੇ ਇਹੋ ਬਸ ਕਹਿੰਦੇ ਰਹੇ ਉਹ, ਚਾਚਾ ਜੀ ਰੇਹੜੀ ਮੇਰੀ ਨਹੀਂ, ਇਹ ਗਾਲਾਂ ਕੱਢੀ ਗਏ, ਉਹ ਕਹਿੰਦੇ ਚਾਚਾ ਜੀ ਗਾਲ ਨਾ ਕੱਢੋ, ਗਾਲ ਨਾ ਕੱਢੋ, ਇੱਦਾਂ ਬਹਿਸ ਬਸਾਈ ਵਾਹਵਾ ਚਿਰ ਚੱਲਦੀ ਰਹੀ, 10-15 ਮਿੰਟ ਤੱਕ। ਉਹਨਾਂ ਚਿਰ ਤੱਕ ਸਾਡੇ ਹੋਰ ਆ ਗਏ ਆ, ਮਤਲਬ ਕਿ ਹੋਰ ਭਰਾ ਆ ਗਏ ਇਹਨਾਂ ਦੇ, ਅਤੇ ਇਸ ਉਹਨਾਂ ਨੇ ਫੜ ਲਿਆ ਉਹਨਾਂ ਨੂੰ। ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਮਾਰਿਆ ਨਹੀਂ, ਫਿਰ ਉਹਨਾਂ ਨੇ 2-3 ਜਾਣੇ ਸੀ, ਉਹ ਇਕੱਲਾ ਸੀ, ਇਹਨਾਂ ਨੇ ਮਾਰਿਆ ਵਾ, ਉਹ ਗਾਲਾਂ ਕੱਢੀ ਗਿਆ, ਇਹ ਮਾਰੀ ਗਏ, ਪਰ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ। ਇਹ ਬਾਬਾ ਜੀ ਛਡਾਉਂਦੇ ਰਹੇ ਆ, ਇਹ ਛਡਾਉਂਦੇ ਰਹੇ ਆ, ਇਹ ਜੱਫਾ ਭਰ ਕੇ ਉਹਨਾਂ ਨੂੰ ਘਰ ਵੀ ਲੈ ਗਏ ਆ ਘਰ। ਹਾਂਜੀ ਹੁਣ ਇਹ ਘਰ ਲੈ ਗਏ ਆ ਨਾ, ਜਦੋਂ ਇਹਨਾਂ ਨੇ ਘਰ ਖੜਿਆ, ਇਹਨਾਂ ਨੂੰ ਕਹਿੰਦੇ ਆ ਵੀ ਜਾਓ ਤੁਸੀਂ ਵੀ ਉਹਨਾਂ ਦੇ ਭਰਾ ਜੋ, ਨਾਲੇ ਇਹਨਾਂ ਨੂੰ ਗਾਲਾਂ ਕੱਢੀਆਂ ਵਾ ਕੁੜੀਆਂ ਦੀਆਂ, ਨਾਲੇ ਇਹਨਾਂ ਦੀ ਦਸਤਾਰ ਲਾਤੀ ਆ, ਫਿਰ ਕਹਿੰਦੇ ਇਹਨਾਂ ਦੇ ਮਾਰਿਆ ਵੀ ਆ, ਚਪੇੜ ਵੀ ਮਾਰੀ ਇਹਨਾਂ ਦੀ, ਅਤੇ ਇਹਨਾਂ ਦੀ ਦਸਤਾਰ ਇਹ ਕਿ ਸਾਡੇ ਕੋਲ ਇਹ ਗਲਤੀ ਹੋ ਕਿ ਇਹਨਾਂ ਦੀ ਦਸਤਾਰ ਲੱਥੀ ਦੀ ਸਾਡੇ ਕੋਲ ਵੀਡੀਓ ਨਹੀਂ ਬਣੀ। ਅੱਛਾ ਫਿਰ ਨਾ ਉਸ ਤੋਂ ਬਾਅਦ ਇਹਨਾਂ ਨੂੰ ਕੀ ਪਤਾ ਸੀ ਵੀ ਉਹਨਾਂ ਮੇਰੇ 'ਤੇ ਦਰਖਾਸਤ ਦੇ ਦੇਣੀਆਂ, ਉਹ ਥਾਣੇ ਚਲ ਗਿਆ, ਅਸੀਂ ਕੋਈ ਥਾਣੇ ਨਹੀਂ ਗਏ, ਸਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਇਹਨਾਂ 'ਤੇ ਦਰਖਾਸਤ ਦੇ ਕੇ ਅਸੀਂ ਥਾਣੇ ਨਹੀਂ ਗਏ। ਉਸ ਤੋਂ ਬਾਅਦ ਸਾਡੇ ਘਰ ਵਿੱਚ ਸਹਿਜ ਪਾਠ ਚੱਲ ਰਿਹਾ ਸੀ, ਸਹਿਜ ਪਾਠ ਚੱਲ ਰਿਹਾ, ਇਹ ਆਣ ਕੇ ਨਾ ਲੜਾਈ ਸਮਾਪਤ ਹੋ ਗਈ, ਉਹ ਥਾਣੇ ਚਲ ਗਏ, ਇਹਨਾਂ ਨੇ ਆਪਦਾ ਪਾਠ ਕਰਨ ਲੱਗ ਗਿਆ, ਪਾਠ ਕਰਨ ਲੱਗੇ। ਉਸ ਤੋਂ ਬਾਅਦ ਪੁਲਿਸ ਆ ਗਈ ਆ, ਹੈ ਨਾ, ਪੁਲਿਸ ਆ ਗਈ ਆ, ਮੇਰੀ ਬੇਟੀ ਨੇ ਬਾਹਰੋਂ ਆਵਾਜ਼ ਦਿੱਤੀ ਪਾਪਾ ਬਾਹਰ ਪੁਲਿਸ ਆਈ ਆ, ਇਹ ਪਾਠ ਤੋਂ ਉੱਠ ਕੇ ਚਲ ਗਿਆ, ਉੱਥੇ ਉਹਨਾਂ ਦੀ ਗੱਲ ਸੁਣੀ ਆ, ਅਤੇ ਇਹ ਕਹਿੰਦੇ ਵੀ ਰਹੇ ਆ ਕਿ ਮੇਰੇ ਘਰ ਸਹਿਜ ਪਾਠ ਚੱਲਣ ਡਿਆ, ਮੈਂ ਸਵੇਰੇ ਭੋਗ ਪਾਉਣਾ, ਭੋਗ ਦੀਆਂ ਵੀ ਤਿਆਰੀਆਂ ਸੀ ਸਾਡੀਆਂ, ਸਵੇਰੇ ਭੋਗ ਪੈਣਾ ਵਾ, ਅਤੇ ਇਹਨਾਂ ਕਿਹੜਾ ਕਤਲ ਕਰਤਾ ਸੀ, ਚਲੋ ਭੋਗ ਪੈ ਲੈਣ ਦਿੰਦੇ, ਕੱਲ੍ਹ ਭੋਗ ਪੈ ਗਿਆ ਵਾ, ਅੱਜ ਸੋਮਵਾਰ ਲੈ ਜਾਂਦੇ, ਹੈ ਨਾ, ਐਤਵਾਰ ਭੋਗ ਪਿਆ, ਸੋਮਵਾਰ ਇਹਨਾਂ ਨੂੰ ਲੈ ਜਾਂਦੇ, ਕਿਹੜਾ ਕਤਲ ਕੀਤਾ ਸੀ, ਉਹਨਾਂ ਵੀ ਕੋਈ ਸੁਣੀ ਨਹੀਂ, ਮੁਲਾਜ਼ਮਾਂ ਨੇ ਜ਼ਬਰਦਸਤੀ ਲੈ ਗਏ, ਇਹ ਕਹਿੰਦੇ ਰਹੇ, ਉਹ ਸਾਡੇ ਤੋਂ ਵੀਡੀਓ ਹੈਗੀਆਂ ਨਾ, ਇਹ ਗੱਲ ਕਹੀ ਆ, ਸਾਡੇ ਘਰੇ ਪਾਠ ਆ, ਸਵੇਰੇ ਭੋਗ ਪੈਣਾ, 100 ਅੰਗ ਰਹਿਣ ਦਿਆ ਜੇ ਮਹਾਰਾਜ ਦਾ, ਜੇ ਨਾ ਭੋਗ ਪਿਆ ਸਵੇਰੇ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ। ਫਿਰ ਇਸ ਦੇ ਕਹਿਣ ਦੇ ਬਾਵਜੂਦ ਵੀ ਉਹ ਲੈ ਗਏ ਆ, ਅਤੇ ਫਿਰ ਕੋਈ ਪਿੰਡ ਵਾਲਾ ਨਹੀਂ ਵਾਪਸ ਨਾਲ ਗਿਆ ਵਾ ਪਿੱਛੇ, ਉਸ ਤੋਂ 2 ਘੰਟੇ ਬਾਅਦ ਉਹਨਾਂ ਛੱਡਿਆ ਵਾ ਸ਼ਾਮੀ, ਫਿਰ ਸਾਰੀ ਰਾਤ ਇਹ ਪਾਠ ਕਰਦੇ ਰਹੇ ਆ, ਕਦੀ ਇਹ ਬਹਿ ਗਏ ਪਾਠ 'ਤੇ, ਕਦੀ ਮੇਰੀ ਬੇਟੀ ਆ ਵੱਡੀ ਕਾਲਜ ਪੜ੍ਹਦੀ ਆ, ਅਤੇ ਉਹ ਚਲ ਗਈ ਹੁਣ ਉੱਥੇ ਹੋਸਟਲ ਹੀ ਰਹਿੰਦੀ ਆ, ਉਹਨੂੰ ਅਸੀਂ ਉਸ ਦਿਨ ਬੁਲਾਇਆ ਸੀ, ਸ਼ਨੀਵਾਰ ਸ਼ਾਮ ਉਹ ਆਈ ਹੈ, ਐਤਵਾਰ ਅਸੀਂ ਭੋਗ ਪਾਉਣਾ ਸੀ, ਅਤੇ ਫਿਰ ਉਹ ਸੋਮਵਾਰ ਗਈ ਆ। ਕੀ ਮੰਗ ਕਰਦੇ ਜੀ? ਅਤੇ ਅਸੀਂ ਹੁਣ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਚਾਹੀਦਾ। ਵੇਖੋ ਫਿਰ ਨਾ ਇਹਨਾਂ ਕੀ ਕਿਹਾ ਵਾ, 10-10 ਰੁਪਏ ਲੋਕ ਗ੍ਰਾਹੀ ਦਿੰਦੇ ਆ, ਮੈਂ 1,000-1,000 ਰੁਪਇਆ ਦਿੰਦਾ ਵਾਂ। ਵੇਖੋ ਜੀ, ਅਸੀਂ ਗੁਰੂ ਘਰ ਦੇ ਸੇਵਾਦਾਰ ਹਾਂ, ਅਸੀਂ ਗੁਰੂ ਘਰ ਦੇ ਮੰਗਤੇ ਹਾਂ, ਅਸੀਂ ਕੁਛ ਇਹਨਾਂ ਬੰਦਿਆਂ ਦੇ ਥੋੜ੍ਹੀ ਨਾ ਮੰਗਤੇ ਹਾਂ, ਜਿਹੜੇ ਇੱਦਾਂ ਤਾਂ ਸਾਨੂੰ ਹਰ ਕੋਈ ਮਿਹਣਾ ਮਾਰੂਗਾ ਉੱਠ ਕੇ। ਅਤੇ ਜੇ ਇਹ ਮਿਹਣਿਆਂ ਦੀ ਗੱਲ ਆਈ ਆ, ਤਾਂ ਇਹ ਸਾਡੀ 18 ਸਾਲ ਤੋਂ ਡਿਊਟੀ ਕਰਦੇ ਪਏ ਆ ਗੁਰਦੁਆਰਾ ਸਾਹਿਬ, 18 ਸਾਲ ਦਾ ਆਪਣਾ ਹਿਸਾਬ ਕਰ ਲਏ, ਅਸੀਂ ਗੁਰੂ ਗ੍ਰੰਥ ਸਾਹਿਬ ਗਾੜੀ ਰੱਖ ਦਾਂਗੇ, ਇਹ ਚੁੱਕ ਲਵੇ। ਬਸ ਮੈਂ ਇਹੀ ਗੱਲ ਕਹਿੰਦੀ ਹਾਂ ਕਿ ਜੋ ਇਹ ਮਿਹਣਾ ਮਾਰਦਾ ਨਾ, ਤਾਂ ਅਸੀਂ 17 ਸਾਲਾਂ ਦਾ ਟੋਟਲ ਕਰ ਲਵੇ, ਤਾਂ ਅਸੀਂ ਰੱਖ ਦੇਵਾਂਗੇ ਗੁਰੂ ਗ੍ਰੰਥ ਸਾਹਿਬ ਗਾੜੀ, ਅਤੇ ਇਹ ਚੁੱਕ ਲਵੇ। ਬਸ ਸਾਡੀ ਇਹ ਮੰਗ, ਸਾਨੂੰ ਇਨਸਾਫ ਚਾਹੀਦਾ, ਨਹੀਂ ਤਾਂ ਸਾਡੇ ਬਾਬਾ ਜੀ ਕਹਿੰਦੇ ਕਿ ਮੈਂ ਪਰਿਵਾਰ ਸਮੇਤ ਖਤਮ ਕਰ ਲਵਾਂਗਾ, ਅਤੇ ਇਹ ਜ਼ਿੰਮੇਵਾਰ ਹੋਣਗੇ, ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਸਾਡੀ ਜੇ ਨਾ ਸੁਣਵਾਈ ਹੋਈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ।